ਅਸਲਾਮ ਅਲੈਕੁਮ ਸਭ ਭੈਣ ਭਰਾਵਾਂ ਨੂੰ ਬਹੁਤ ਬਹੁਤ ਸਲਾਮ। ਲਓ ਜੀ, ਅੱਜ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਦਾਲ ਮੱਖਣੀ ਲੈ ਕੇ। ਅਤੇ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਅਸੀਂ ਦਾਲ ਮੱਖਣੀ ਕਿਸ ਤਰ੍ਹਾਂ ਬਣਾਉਂਦੇ ਹਾਂ, ਠੀਕ ਹੈ ਜੀ। ਦਾਲ ਮੱਖਣੀ ਵਾਸਤੇ ਅਸੀਂ ਲਿਆ ਜੀ ਅੱਧਾ ਕਿਲੋ ਸਾਬਤ ਮਾਂ ਜੀ, ਜਿਹਨੂੰ ਕਹਿੰਦੇ ਮਾਂ, ਮਾਵਾਂ ਦੀ ਦਾਲ ਨਹੀਂ ਸਾਬਤ ਮਾਂ, ਠੀਕ ਹੈ, ਕਾਲੇ ਵਾਲੇ। ਅਤੇ ਇਹਨਾਂ ਨੂੰ ਅਸੀਂ ਪਹਿਲੇ ਭਿਉਂ ਦਿੱਤਾ ਸੀ ਤਕਰੀਬਨ 2-3 ਘੰਟਿਆਂ ਵਾਸਤੇ। ਜਿਸ ਤਰ੍ਹਾਂ ਹੀ ਉਹ ਨਰਮ ਹੋਏ, ਹੁਣ ਅਸੀਂ ਇਹਨਾਂ ਨੂੰ ਲਾਵਾਂਗੇ ਥੋੜ੍ਹਾ ਜਿਹਾ ਪ੍ਰੈਸ਼ਰ, ਲਾ ਕੇ ਇਹਨਾਂ ਨੂੰ ਕਰਾਂਗੇ ਥੋੜ੍ਹਾ ਨਰਮ। ਜਦੋਂ ਇਹ ਨਰਮ ਹੋ ਜਾਣਗੇ ਫਿਰ ਉਸ ਤੋਂ ਬਾਅਦ ਅਸੀਂ ਬਣਾਵਾਂਗੇ ਇਹਨਾਂ ਦੀ ਅਲੱਗ ਤੋਂ ਰੈਸਿਪੀ, ਉਹਦੀ ਆਪਣਾ ਗ੍ਰੇਵੀ, ਠੀਕ ਹੈ, ਇਹਦਾ ਸੋਸ ਬਣਾਵਾਂਗੇ। ਅਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਨਾਂ ਨੂੰ ਅਸੀਂ ਕਿਸ ਤਰ੍ਹਾਂ ਕੰਪਲੀਟ ਕਰਾਂਗੇ। ਅਤੇ ਫਿਰ ਆਸਤਾ ਆਸਤਾ ਤੁਸੀਂ ਵੇਖੋ, ਨਾਲੇ ਮਜ਼ਾ ਲਵੋ। ਗ੍ਰੇਵੀ ਵਾਸਤੇ ਅਸੀਂ ਥੋੜ੍ਹਾ ਜਿਹਾ ਯੂਜ਼ ਕਰਾਂਗੇ ਓਇਲ, ਕੁਕਿੰਗ ਓਇਲ। ਤੁਸੀਂ ਵੈਜੀਟੇਬਲ ਓਇਲ ਵੀ ਯੂਜ਼ ਕਰ ਸਕਦੇ ਹੋ, ਲੇਕਿਨ ਮੈਂ ਇਹਦੇ ਵਾਸਤੇ ਕਰ ਰਿਹਾ ਓਲਿਵ ਓਇਲ ਯੂਜ਼। ਓਲਿਵ ਓਇਲ ਤੁਹਾਨੂੰ ਪਤਾ ਹੈ ਕਿ ਬਹੁਤ ਹੈਲਦੀ ਹੈ, ਇਹਦੇ 'ਚ ਕੋਈ ਫੈਟ ਨਹੀਂ ਹੈ, ਅਤੇ ਇਟਸ ਵੈਰੀ ਗੁੱਡ ਤੁਹਾਡੀ ਸਿਹਤ ਵਾਸਤੇ, ਠੀਕ ਹੈ। ਤੁਸੀਂ ਵੀ ਲਓ ਜੀ, ਇਹ ਪਿਆਜ਼ ਅਤੇ ਟਮਾਟਰ ਅਸੀਂ ਜਿਹੜੇ ਆ ਓਇਲ 'ਚ ਸੁੱਟ ਦਿੱਤੇ ਨੇ, ਅਤੇ ਹੁਣ ਜਿਸ ਤਰ੍ਹਾਂ ਹੀ ਨਰਮ ਹੋ ਗਏ ਅਸੀਂ ਇਹਨਾਂ ਨੂੰ ਗ੍ਰੈਂਡ ਕਰ ਲਾਂਗੇ। ਗ੍ਰੈਂਡ ਕਰਕੇ ਇਹਨਾਂ ਦੀ ਬਣਾ ਲਾਂਗੇ ਸੋਸ, ਠੀਕ ਹੈ, ਗ੍ਰੇਵੀ ਟਾਈਪ। ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸ ਦਾਂ ਕਿ ਅਸੀਂ ਹੋਰ ਕਿਹੜੀਆਂ ਚੀਜ਼ਾਂ ਮੈਂ ਐਡ ਕਰਨੀਆਂ। ਅਤੇ ਇਹਦੇ ਨਾਲ ਅਸੀਂ ਪਾ ਦੇਣਾ ਜੀ ਅਦਰਕ ਲਸਣ ਦਾ ਪੇਸਟ। ਅਦਰਕ ਲਸਣ ਦਾ ਪੇਸਟ ਜਿਹੜਾ ਜੀ ਅਸੀਂ ਫਰੈਸ਼ ਇਹਨੂੰ ਕੁੱਟਿਆ, ਠੀਕ ਹੈ, ਕੁੰਡੀ ਡੰਡੇ ਦੇ ਨਾਲ। ਤੁਸੀਂ ਚਾਹੇ ਤਾਂ ਇਹ ਯੂਜ਼ ਕਰ ਸਕਦੇ ਹੋ, ਨਹੀਂ ਤਾਂ ਬਜ਼ਾਰੀ ਯੂਜ਼ ਕਰ ਸਕਦੇ। ਲਓ ਜੀ, ਇਹ ਸਾਡੀ ਗ੍ਰੇਵੀ ਹੋ ਗਈ ਰੈਡੀ, ਠੀਕ ਆ। ਅਸੀਂ ਇਹਨੂੰ ਗ੍ਰੈਂਡ ਕਰ ਲਿਆ, ਅਤੇ ਗ੍ਰੈਂਡ ਕਰਕੇ ਇਹਦਾ ਜਿਹੜਾ ਕਲਰ ਆ ਉਹ ਥੋੜ੍ਹਾ ਯੈਲੋ ਇਸ ਵਾਸਤੇ ਆ ਕਿਉਂਕਿ ਅਸੀਂ ਫਰੈਸ਼ ਚੀਜ਼ਾਂ ਯੂਜ਼ ਕੀਤੀਆਂ, ਅਸੀਂ ਤਿੰਨ ਵਾਲੇ ਟਮਾਟਰ ਯੂਜ਼ ਨਹੀਂ ਕੀਤੇ। ਅਗਰ ਅਸੀਂ ਤਿੰਨ ਵਾਲੇ ਟਮਾਟਰ ਯੂਜ਼ ਕਰਦੇ ਹਾਂ ਤਾਂ ਉਹਦੇ ਨਾਲ ਤੁਹਾਡਾ ਜਿਹੜਾ ਨਾ ਕਲਰ ਉਹ ਗ੍ਰੇਵੀ ਦਾ ਰੈੱਡ ਹੋ ਜਾਂਦਾ। ਅੱਛਾ, ਹੁਣ ਅਸੀਂ ਇਹਨੂੰ ਕੀ ਕਰਾਂਗੇ, ਇਹਦੇ 'ਚ ਅਸੀਂ ਪਾਵਾਂਗੇ ਨਮਕ, ਅਸੀਂ ਪਾਵਾਂਗੇ 1 ਚਮਚ ਟੀਸਪੂਨ, ਠੀਕ ਹੈ। ਤੁਸੀਂ ਜਿੰਨਾ ਖਾਣਾ ਚਾਹੁੰਦੇ ਹੋ ਤੁਸੀਂ ਆਪਣੇ ਹਿਸਾਬ ਨਾਲ ਪਾ ਲੈਣਾ, ਠੀਕ ਹੈ। ਅਤੇ ਇੱਥੇ ਹੁਣ ਅਸੀਂ ਯੂਜ਼ ਕਰਾਂਗੇ ਇਹਦੇ ਵਿੱਚ ਦੇਗੀ ਮਿਰਚ, ਠੀਕ ਹੈ। ਦੇਗੀ ਮਿਰਚ ਨਾਲ ਜਿਹੜਾ ਇਹਦਾ ਕਲਰ ਹੈ ਉਹ ਥੋੜ੍ਹਾ ਸੁਰਖ ਹੋ ਜਾਏਗਾ, ਠੀਕ ਹੈ, ਲਾਲ ਹੋ ਜਾਏਗਾ, ਅਤੇ ਬੜਾ ਪਿਆਰਾ ਕਲਰ ਨਿਕਲੇਗਾ। ਉਸ ਤੋਂ ਬਾਅਦ ਅਸੀਂ ਇਹਦੇ 'ਚ ਪਾਵਾਂਗੇ ਥੋੜ੍ਹੀ ਜਿਹੀ ਹਲਦੀ, ਠੀਕ ਹੈ, ਹਲਦੀ ਦਾ 1/2 ਚਮਚ, ਠੀਕ ਹੈ। ਇਹ ਦੇਖੋ, ਇਹਨੂੰ ਹੁਣ ਅਸੀਂ ਇਸ ਤੋਂ ਇਲਾਵਾ ਹਾਲੇ ਇਹਦੇ 'ਚ ਕੋਈ ਮਸਾਲਾ ਨਹੀਂ ਪਾਉਣਾ, ਬਾਕੀ ਜਿਹੜੇ ਮਸਾਲੇ ਅਸੀਂ ਪਾਵਾਂਗੇ ਉਹ ਅਸੀਂ ਪਾਵਾਂਗੇ ਤੜਕੇ ਦੇ ਟਾਈਮ, ਠੀਕ ਹੈ। ਇਹ 3 ਚੀਜ਼ਾਂ ਅਸੀਂ ਜਿਹੜੀਆਂ ਹੁਣ ਪਾ ਦੇਣੀਆਂ ਜੀ। ਅਤੇ ਜਿਸ ਤਰ੍ਹਾਂ ਦੇਖੋ ਜੀ, ਇਹ ਨਮਕ ਮਿਰਚ ਪਾ ਕੇ ਅਤੇ ਹਲਦੀ ਪਾ ਕੇ ਇਹ ਸਾਡੀ ਗ੍ਰੇਵੀ ਦਾ ਕਲਰ ਦੇਖੋ ਕਿੰਨਾ ਜ਼ਬਰਦਸਤ ਹੋ ਗਿਆ, ਠੀਕ ਹੈ। ਇਸ ਤੋਂ ਬਾਅਦ ਅਸੀਂ ਇਹਦੇ 'ਚ ਐਡ ਕਰ ਦੇਣੀ ਹੈ ਟਮਾਟੋ ਪਿਊਰੀ, ਠੀਕ ਹੈ। ਟਮਾਟੋ ਪਿਊਰੀ ਜਿਹੜੀ ਹੈ ਉਹ ਇਹਦੇ 'ਚ ਥੋੜ੍ਹਾ ਖੱਟਾਪਨ ਲੈ ਕੇ ਆਏ ਜੀ, ਔਰ ਇਹਦੇ ਨਾਲ ਸਾਡੀ ਜਿਹੜੀ ਗ੍ਰੇਵੀ ਹੈ ਨਾ ਉਹ ਥੋੜ੍ਹੀ ਥਿੱਕ ਵੀ ਹੋ ਜਾਏਗੀ ਅਤੇ ਇਹਦਾ ਕਲਰ ਹੋਰ ਮਜ਼ੀਦ ਲਾਲ ਹੋ ਜਾਏਗਾ, ਠੀਕ ਹੈ। ਤੁਸੀਂ ਕਿਸੇ ਵੀ ਕੰਪਨੀ ਦੀ ਯੂਜ਼ ਕਰ ਸਕਦੇ ਹੋ, ਸਾਨੂੰ ਜਿਹੜੀ ਲੱਭੀ ਅਸੀਂ ਉਹ ਯੂਜ਼ ਕਰ ਲਈ, ਅਸੀਂ ਕਿਹੜਾ ਉੱਥੇ ਕਿਸੇ ਦੀ ਮਸ਼ਹੂਰੀ ਕਰਨੀ, ਕਿਉਂ ਜੀ। ਅਤੇ ਜੇ ਦੇਖੋ ਜੀ, ਅਸੀਂ ਇਹ ਪਾਤੀ ਸੀ ਪਿਊਰੀ ਵਿੱਚ ਅਤੇ ਹੁਣ ਇਹਦਾ ਕਲਰ ਦੇਖੋ ਕਿੰਨਾ ਜ਼ਬਰਦਸਤ ਹੋ ਗਿਆ ਲਾਲ, ਠੀਕ ਹੈ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ, ਪਿਊਰੀ ਤੁਸੀਂ ਕੋਈ ਵੀ ਯੂਜ਼ ਕਰ ਸਕਦੇ ਹੋ ਕਿਸੇ ਵੀ ਕੰਪਨੀ ਦੀ, ਸਾਨੂੰ ਜਿਹੜੀ ਲੱਭੀ ਅਸੀਂ ਉਹ ਯੂਜ਼ ਕਰ ਲਈ, ਅਸੀਂ ਕਿਹੜਾ ਕਿਸੇ ਦੀ ਮਸ਼ਹੂਰੀ ਕਰਨ ਆਏ ਹਾਂ, ਅਸੀਂ ਤਾਂ ਸਿਰਫ ਆਪਣੇ ਆਪ ਨੂੰ ਮਸ਼ਹੂਰ ਕਰਨ ਆਏ। ਹਾਂਜੀ ਭੈਣੋ ਅਤੇ ਭਰਾਵੋ, ਲਓ ਜੀ ਸਾਡੀ ਇਹ ਦਾਲ ਜਿਹੜੀ ਨਾ ਇਹ ਹੋ ਗਈ ਹੈ ਨਰਮ, ਅਸੀਂ ਇਹਨੂੰ ਪ੍ਰੈਸ਼ਰ 'ਚ ਕਰ ਲਿਆ ਨਰਮ, ਇਹ ਦੇਖੋ, ਔਰ ਇਹ ਥੋੜ੍ਹੀ ਹੈ ਲੇਸਦਾਰ ਹੋ ਗਈ, ਠੀਕ ਹੈ। ਇਹਦੇ 'ਚ ਹੁਣ ਤੁਸੀਂ ਚਾਹੋ ਤਾਂ ਲੋਬੀਆ ਪਾ ਸਕਦੇ ਹੋ, ਰੈੱਡ ਕਿਡਨੀ ਬੀਨਸ, ਠੀਕ ਹੈ। ਇਹਦੇ ਨਾਲ ਇਹ ਵਾ ਕਿ ਮੱਖਣੀ ਦਾਲ ਦੀ ਖੂਬਸੂਰਤੀ ਅਤੇ ਟੇਸਟ ਥੋੜ੍ਹਾ ਵੱਧ ਜਾਂਦਾ, ਅਤੇ ਮੈਂ ਤਾਂ ਇਹਦੇ 'ਚ ਜ਼ਰੂਰ ਪਾਉਂਦਾ। ਅਗਰ ਤੁਸੀਂ ਵੀ ਪਾਉਣਾ ਚਾਹੋ ਤਾਂ ਹੈਂਡਫੁੱਲ ਰੈੱਡ ਕਿਡਨੀ ਬੀਨਸ ਲੈ ਕੇ, ਇਹਨੂੰ ਰਾਜਮਾਂਹ ਵੀ ਕਹਿੰਦੇ ਆ ਅਤੇ ਅਸੀਂ ਲੋਬੀਆ ਵੀ ਕਹਿੰਦੇ ਹਾਂ, ਅਤੇ ਉਹ ਨਾਲ ਅਸੀਂ ਇਹਦੇ 'ਚ ਐਡ ਕਰ ਦੇਣਾ, ਠੀਕ ਹੈ। ਐਡ ਕਰਨ ਤੋਂ ਬਾਅਦ ਇਹਨੂੰ ਅਸੀਂ ਮਿਕਸ ਕਰਕੇ ਇਹ ਜਿਹੜਾ ਤੁਹਾਡਾ ਰਾਜਮਾਂਹ ਨਾ ਇਹਨੂੰ ਅਸੀਂ ਥੋੜ੍ਹਾ ਥੋੜ੍ਹਾ ਤੋੜ ਲੈਣਾ, ਠੀਕ ਹੈ। ਲਓ ਜੀ ਭੈਣੋ ਅਤੇ ਭਰਾਵੋ, ਇਹ ਹੁਣ ਤਕਰੀਬਨ ਅਸੀਂ ਆਖਰੀ ਮਰਹਲੇ 'ਚ ਆ ਗਏ ਹਾਂ। ਇਹ ਹੁਣ ਜਿਸ ਤਰ੍ਹਾਂ ਤੁਸੀਂ ਵੇਖਿਆ, ਦੇਖੋ ਸਾਡੀ ਗ੍ਰੇਵੀ ਦਾ ਕਲਰ ਕਿੰਨਾ ਪਿਆਰਾ ਕਲਰ,
ਹੁਣ ਇਹਦੇ 'ਚ ਜਿਹੜੀ ਅਸੀਂ ਦਾਲ ਆਪਣੀ ਬੋਇਲ ਕੀਤੀ ਸੀ, ਨਰਮ ਕੀਤੀ ਸੀ, ਉਹ ਅਸੀਂ ਹੁਣ ਇਹਦੇ 'ਚ ਲੁੱਟ ਦੇਣੀ। ਠੀਕ ਹੋ ਗਿਆ, ਇਹ ਦਾਲ ਇਹਦੇ 'ਚ ਅਸੀਂ ਪਾ ਕੇ ਅਤੇ ਇਹਨੂੰ ਅਸੀਂ ਥੋੜ੍ਹਾ ਕਰ ਦੇਣਾ ਮਿਕਸ, ਅਤੇ ਨਾਲ ਹੀ ਅਸੀਂ ਥੋੜ੍ਹਾ ਇਹਦੇ 'ਚ ਪਾਵਾਂਗੇ ਅੱਧਾ ਚਮਚ ਜਿਹੜਾ ਉਹ ਜ਼ੀਰੇ ਦਾ। ਠੀਕ ਹੈ, ਅਤੇ ਅੱਧਾ ਚਮਚ ਅਸੀਂ ਪਾਵਾਂਗੇ ਧਨੀਏ ਦਾ। ਅਤੇ ਹੁਣ ਇਸ ਤੋਂ ਇਲਾਵਾ ਅਸੀਂ ਇਹਦੇ 'ਚ ਕੋਈ ਮਸਾਲਾ ਨਹੀਂ ਪਾਉਣਾ, ਕਿਉਂਕਿ ਜਿੰਨੇ ਮਸਾਲੇ ਅਸੀਂ ਪਾਵਾਂਗੇ ਉਹਨਾਂ ਇਹਦੇ 'ਚ ਕੜਵਾਹਟ ਆ ਜਾਏਗੀ। ਠੀਕ ਹੈ, ਅਤੇ ਮਸਾਲੇ ਤੁਸੀਂ ਉਹਨੇ ਕੀ ਪਾਓ ਜਿੰਨੇ ਤੁਹਾਨੂੰ ਉਹਦਾ ਟੇਸਟ ਆ ਜਾਏ। ਪਹਿਲੇ ਅਸੀਂ ਸਿਰਫ ਨਮਕ, ਮਿਰਚ ਅਤੇ ਹਲਦੀ ਪਾਈ ਸੀ, ਤਾਂ ਹੁਣ ਅਸੀਂ ਪਾ ਦਿੱਤਾ ਇਹਦੇ 'ਚ ਜ਼ੀਰਾ ਪਾਊਡਰ ਅਤੇ ਧਨੀਆ ਪਾਊਡਰ। ਬਾਕੀ ਜਿਹੜਾ ਇਹਦਾ ਟੇਸਟ ਆ, ਦਾਲ ਦਾ ਆਪਣਾ ਟੇਸਟ ਆ, ਅਤੇ ਜਦੋਂ ਅਸੀਂ ਤੜਕਾ ਲਾਵਾਂਗੇ ਤਾਂ ਅਸੀਂ ਇਹਦੇ 'ਚ ਡਬਲ ਕਰੀਮ ਅਤੇ ਬਟਰ ਦਾ ਤੜਕਾ ਲਾਵਾਂਗੇ, ਉਹਦਾ ਜਿਹੜਾ ਟੇਸਟ ਹੋਏਗਾ ਉਹਨੂੰ ਹੀ ਕਹਿੰਦੇ ਆ ਮੱਖਣੀ ਦਾਲ। ਲਓ ਜੀ, ਹੁਣ ਅਸੀਂ ਲਾਵਾਂਗੇ ਦਾਲ ਨੂੰ ਤੜਕਾ ਬੜਾ ਜ਼ਬਰਦਸਤ ਜਿਹਾ ਕਰਕੇ, ਕਿਉਂਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਵੇਖਿਆ ਸੀ ਅਸੀਂ ਇਹਦੇ 'ਚ ਆਇਲ ਪਾਇਆ ਸੀ ਬਹੁਤ ਥੋੜ੍ਹਾ, ਅਤੇ ਹੁਣ ਅਸੀਂ ਇਹਦੇ 'ਚ ਜ਼ਿਆਦਾ ਬਟਰ ਐਡ ਕਰਾਂਗੇ। ਠੀਕ ਹੈ, ਮੱਖਣ ਤਾਂ ਸਾਡੇ ਕੋਲ ਉੱਥੇ ਹੈ ਨਹੀਂ, ਲੇਕਿਨ ਅਸੀਂ ਜਿਹੜਾ ਵਾ ਬਟਰ ਦਾ ਤੜਕਾ ਲਾਵਾਂਗੇ। ਬਟਰ ਥੋੜ੍ਹਾ ਜਿਸ ਤਰ੍ਹਾਂ ਹੀ ਮੈਲਟ ਹੋ ਜਾਏਗਾ ਅਤੇ ਅਸੀਂ ਨਾਲ ਉਹਦੇ 'ਚ ਕਰਾਂਗੇ ਆਪਣੀ ਕਰੀਮ ਐਡ। ਠੀਕ ਹੈ, ਕਰੀਮ ਜਿਹੜੀ ਤੁਹਾਡੀ ਹੋਏਗੀ ਉਹਦੇ ਨਾਲ ਤੁਹਾਡੀ ਜਿਹੜਾ ਦਾਲ ਦਾ ਜ਼ਾਇਕਾ ਨਾ ਬਹੁਤ ਹੀ ਮਜ਼ੇਦਾਰ ਹੋ ਜਾਏਗਾ। ਠੀਕ ਹੈ, ਔਰ ਦਾਲ ਸਾਡੀ ਹੋ ਜਾਏਗੀ ਕਰੀਮੀ। ਇਹ ਵੇਖੋ ਜੀ, ਇਹ ਮੈਂ ਪਾਤੀ ਇਹਦੇ 'ਚ ਕਰੀਮ। ਠੀਕ ਹੈ, ਇਹ ਕਰੀਮ ਮੈਂ ਪਾਈ ਹੈ ਤਕਰੀਬਨ ਕਹਿ ਲਓ ਤੁਸੀਂ ਆਪਣਾ 5 ਕੁ ਗ੍ਰਾਮ, 5 ਕੁ ਗ੍ਰਾਮ ਕਰੀਮ, ਅਤੇ ਬਾਕੀ ਤੁਸੀਂ ਬਟਰ ਵਿੱਚ। ਅਤੇ ਇਸ ਤੋਂ ਬਾਅਦ ਇਹਨੂੰ ਜਿਸ ਤਰ੍ਹਾਂ ਹੀ ਸਾਡਾ ਬਟਰ ਮੈਲਟ ਹੋਏਗਾ, ਖੁਰ ਜਾਏਗਾ, ਅਸੀਂ ਇਹਨੂੰ ਪਾ ਦਿਆਂਗੇ ਦਾਲ ਦੇ ਵਿੱਚ। ਲਓ ਜੀ, ਇਹ ਤੜਕਾ ਸਾਡਾ ਰੈਡੀ ਹੈ, ਅਤੇ ਹੁਣ ਅਸੀਂ ਇਹਨੂੰ ਪਾ ਦਿਆਂਗੇ ਆਪਣੀ ਇਹ ਦਾਲ ਦੇ ਵਿੱਚ। ਇਹਨੂੰ ਹੁਣ ਥੋੜ੍ਹਾ ਜਿਹਾ ਕਰ ਦਿਆਂਗੇ ਮਿਕਸ, ਇਹਨੂੰ ਜ਼ਿਆਦਾ ਮਿਕਸ ਨਹੀਂ ਕਰਨਾ। ਠੀਕ ਹੈ, ਇਹਨੂੰ ਇੰਨਾ ਕੁ ਮਿਕਸ ਕਰਾਂਗੇ ਕਿ ਜਿਹੜਾ ਸਾਨੂੰ ਲੱਗੇ ਕਿ ਸਾਡਾ ਬਟਰ ਜਿਹੜਾ ਉਹਦੇ 'ਤੇ ਨਜ਼ਰ ਆ। ਲਓ ਜੀ, ਅਲਹਮਦੁਲਿਲਾ ਜੀ, ਸਾਡੀ ਮੱਖਣੀ ਦਾਲ ਰੈਡੀ ਹੋ ਗਈ। ਜਿਸ ਤਰ੍ਹਾਂ ਤੁਸੀਂ ਦੇਖਦੇ ਕਿ ਬਹੁਤ ਪਿਆਰੀ ਲੱਗ ਰਹੀ, ਇਹ ਖਾਣ 'ਚ ਵੀ ਪਿਆਰੀ ਅਤੇ ਵੇਖਣ 'ਚ ਵੀ ਪਿਆਰੀ ਅਤੇ ਮਜ਼ੇਦਾਰ। ਠੀਕ ਹੈ, ਇਹਦੇ 'ਚ ਹੁਣ ਹਲਕੀ ਜਿਹੀ ਅਸੀਂ ਕਰ ਦਿਆਂਗੇ ਗਾਰਨਿਸ਼। ਪਹਿਲੇ ਅਸੀਂ ਪਾਵਾਂਗੇ ਇਹਦੇ 'ਚ ਥੋੜ੍ਹੀ ਜਿਹੀ ਕਰੀਮ, ਉਸ ਤੋਂ ਬਾਅਦ ਨਾਲ ਹੀ ਅਸੀਂ ਗਾਰਨਿਸ਼ ਵਾਸਤੇ ਧਨੀਆ ਅਤੇ ਸਬਜ਼ ਮਿਰਚਾਂ। ਲਓ ਜੀ, ਇਹ ਤੁਸੀਂ ਭਾਵੇਂ ਖਾ ਲਓ ਰੋਟੀ ਨਾਲ, ਭਾਵੇਂ ਖਾ ਲਓ ਚਮਚੀਆਂ ਨਾਲ ਉੱਦਾਂ ਹੀ, ਅਤੇ ਭਾਵੇਂ ਖਾ ਲਓ ਚਾਵਲਾਂ ਨਾਲ, ਮਜ਼ਾ ਤੁਹਾਨੂੰ ਉਸ ਤਰ੍ਹਾਂ ਹੀ ਆਏਗਾ ਜਿਸ ਤਰ੍ਹਾਂ ਦਾਲ ਦਾ ਟੇਸਟ ਹੈ। ਅਤੇ ਉਮੀਦ ਆ ਕਿ ਤੁਹਾਨੂੰ ਮੇਰੀ ਰੈਸਿਪੀ ਪਸੰਦ ਆਈ ਹੋਏਗੀ, ਤੁਸੀਂ ਵੀ ਟਰਾਈ ਜ਼ਰੂਰ ਕਰਿਓ। ਦਿਲ ਕੀਤਾ ਤਾਂ ਮੈਸੇਜ ਕਰ ਦੇਣਾ, ਨਾ ਕੀਤਾ ਤਾਂ ਤੁਹਾਡੀ ਮਰਜ਼ੀ।